ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਇੱਕ 22 ਟਾਇਰਾਂ ਵਾਲਾ ਟਰਾਲਾ ਸਿੱਧਾ ਹੀ ਸਲਿੱਪ ਲੇਨ ਦੇ ਉੱਤੇ ਜਾ ਡਿੱਗਿਆ, ਜਿਸ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਜੋ ਡਰਾਈਵਰ ਅਤੇ ਨਾਲ ਕਲੀਨਰ ਹੈ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਕਰਨਾਲ ਦੇ ਵਿੱਚ ਵਾਪਰਿਆ, ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੋਂ ਨਿਕਲ ਰਿਹਾ ਇੱਕ ਟਰਾਲਾ ਅਚਾਨਕ ਹੀ ਸੰਤੁਲਨ ਖੋ ਪੈਂਦਾ। ਜੋ ਚਾਲਕ ਹੈ ਉਸਦਾ ਕਹਿਣਾ ਹੈ ਕਿ ਅਗਲਾ ਟਾਇਰ ਜੋ ਹੈ ਚਲਦੇ ਚਲਦੇ ਫਟਦਾ, ਜਿਸ ਤੋਂ ਬਾਅਦ ਗੱਡੀ ਬੇਕਾਬੂ ਹੁੰਦੀ ਹੈ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਸਿੱਧਾ ਹੀ ਸਰਵਿਸ ਲੇਨ ਦੇ ਉੱਤੇ ਜਾ ਡਿੱਗਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਸਰਵਿਸ ਲੇਨ ਦੇ ਉੱਤੇ ਕੋਈ ਵੀ ਗੱਡੀ ਜਾਂ ਫਿਰ ਕੋਈ ਵੀ ਵਿਅਕਤੀ ਨਹੀਂ ਸੀ ਨਿਕਲ ਰਿਹਾ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਟਰਾਲਾ ਹੈ ਉਹ ਜ਼ਮੀਨ ਦੇ ਉੱਤੇ ਮੁੱਦਾ ਹੋਇਆ ਪਿਆ। ਹਾਲਾਂਕਿ ਚਕਨਾ ਚੂਰ ਜੋ ਹੈ ਉਸਦਾ ਅਗਲਾ ਹਿੱਸਾ ਹੋ ਚੁੱਕਾ ਹੈ, ਪਰ ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਕਲੀਨਰ ਦੀ ਵਾਲ ਵਾਲ ਜਾਨ ਬਚੀ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਅਤੇ ਸੜਕ ਦੇ ਜੋ ਜਾਮ ਹੋਇਆ ਇਸ ਟਰਾਲੇ ਦੇ ਡਿੱਗਣ ਕਾਰਨ ਹੁਣ ਇਸ ਜਾਮ ਨੂੰ ਖੁਲਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੱਡਾ ਸੜਕ ਹਾਦਸਾ ਕਰਨਾਲ ਦੇ ਵਿੱਚ ਵਾਪਰਿਆ, ਜਿੱਥੇ ਕਿ 22 ਟਾਇਰਾਂ ਵਾਲਾ ਟਰਾਲਾ ਅਚਾਨਕ ਹੀ ਬੇਕਾਬੂ ਹੁੰਦਾ ਹੈ ਅਤੇ ਜਾ ਕੇ ਸਿੱਧਾ ਹੀ ਸਰਵਿਸ ਲੇਨ ਦੇ ਉੱਤੇ ਡਿੱਗ ਜਾਂਦਾ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਉਸ ਸਮੇਂ ਜਦੋਂ ਇਹ ਟਰਾਲਾ ਹੇਠਾਂ ਡਿੱਗਿਆ ਤਾਂ ਕੋਈ ਵਾਹਨ ਨਹੀਂ ਸੀ ਗੁਜ਼ਰ ਰਿਹਾ, ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਸਪੀਡ ਵੀ ਜ਼ਿਆਦਾ ਨਹੀਂ ਸੀ, ਹਮ ਸਲੋਲੀ ਤੇ ਕਮ ਸੇ ਕਮ 30 ਜਾਂ 40 ਕੀ ਸਪੀਡ ਮੇ ਥੇ, ਲੇਕਿਨ ਟਾਇਰ ਫਟਨੇ ਵਜੇ ਨੀਚੇ ਗਿਰ ਗਏ। ਬਚਾਓ ਹੋ ਗਿਆ। ਕਹਾਂ ਕੇ ਰਹਿਣੇ ਵਾਲੇ ਹਾਂ? ਅਜਮੇਰ ਕੇ। ਵਿਅਕਤੀ ਤੋ ਇਸਕਾ ਟਾਇਰ ਫਟ ਜਾਤਾ ਹੈ, ਯੇ ਫੂਲ ਸੇ ਨੀਚੇ ਗਿਰ ਜਾਤਾ ਸਰ। ਤੋ ਫਿਰ ਮੈਂ ਉਧਰ ਸੇ ਘੂਮ ਕੇ ਆਤਾ ਹੂੰ, ਤੋ ਪੁਲਿਸ ਕੋ ਫੋਨ ਕਰਤਾ ਹੂੰ, ਹੈਲਪ ਕਰਤਾ ਹੂੰ ਕਿ ਵੀ ਐਸਾ ਐਸੇ ਕਰਕੇ ਬਾਤ ਹੋ ਗਈ ਹੈ। ਤੋ ਫਿਰ ਦੇਖਾ ਡਰਾਈਵਰ ਆਪਣਾ ਸਖਤ ਸੀ, ਆਪਣਾ ਬਚਾ ਹੋ ਗਿਆ, ਨੀਚੇ ਗਾੜੀਆਂ ਨਹੀਂ ਆਈ। ਹਾਂਜੀ, ਗਾੜੀ ਗੁੜੀ ਨੇ ਬਚਾ ਗਿਆ ਪਿੱਛੇ। ਹਾਂ, ਡਰਾਈਵਰ ਕੋ ਚੋਟ ਚੋਟ ਥੋੜੀ ਸੀ ਲੱਗੀ ਹੈ, ਪਾਰ ਪੂਰ ਨਹੀਂ ਹੋਗੀ ਥੋੜੀ ਬਾਤੀ, ਬਾਕੀ ਬਚਾ ਗਿਆ ਮਾਲਕ ਦੀ ਕਿਰਪਾ ਨਾਲ। ਤੁਹਾਡੇ ਕੋ ਹੈੱਡਕੁਆਟਰ ਸੇ ਫੋਨ ਆਇਆ ਕਿ ਭਈ ਆ ਫਟਾਫਟ ਵਹਾਂ ਪਹੁੰਚੋ, ਇੱਕ ਟਰੱਕ ਪਲਟੀ ਹੋਇਆ। ਮੌਕੇ ਪੇ ਆਏ ਤੋ ਦੇਖਿਆ ਕਿ ਕਾਲਰ ਸੇ ਫੋਨ ਕੀਆ ਥਾ, ਇਤਨੇ ਉਸੇ ਵੀ ਮਿਲੇ, ਵੋ ਬੋਲਾ ਕਿ ਜੀ ਇਹ ਅਚਾਨਕ ਅਗਲਾ ਟਾਇਰ ਫਟਿਆ, ਡਰਾਈਵਰ ਸੇਫ ਹੈ, ਕੰਡਕਟਰ ਵੀ ਸੇਫ ਹੈ, ਅਗਲਾ ਟਾਇਰ ਫਟਿਆ, ਅਨਬੈਲੈਂਸ ਗੱਡੀ ਹੋਈ ਨੀਚੇ, ਉਸ ਬੁਰੇ ਮਿਤ ਕੇ ਰਹੀ ਹੈ ਕਿ ਨੀਚੇ ਵੀ ਕੋਈ ਸਾਧਨ ਨਹੀਂ ਥਾ, ਕੋਈ ਕਿਸੇ ਕੋ ਚੋਟ ਪੇਟ ਨਹੀਂ ਹੈ, ਸੇਫਟੀ ਹੈ। ਕਰੇਨ ਕੇ ਲਈ ਅਭੀ ਹਮਨੇ ਸਰਵੇਟੀ ਕਰ ਦਿਆ, ਹਾਈਵੇ ਥਾਣੇ ਸੇ ਅਭੀ ਬੜੀ ਵਾਲੀ ਕਰੇਨ ਆਏਗੀ, ਤਬ ਇਸਕੋ ਸਾਈਡ ਮੇ ਕਰੇਂਗੇ, ਅਭੀ ਸਾਈਡ ਮੇ ਕਰਵਾ ਦਿਆ। ਪੁਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਇੱਕ 22 ਟਾਇਰਾਂ ਵਾਲਾ ਟਰਾਲਾ ਸਿੱਧਾ ਹੀ ਸਲਿੱਪ ਲੇਨ ਦੇ ਉੱਤੇ ਜਾ ਡਿੱਗਿਆ, ਜਿਸ ਦੇ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਜੋ ਡਰਾਈਵਰ ਅਤੇ ਨਾਲ ਕਲੀਨਰ ਹੈ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਕਰਨਾਲ ਦੇ ਵਿੱਚ ਵਾਪਰਿਆ, ਜਿੱਥੇ ਕਿ ਨੈਸ਼ਨਲ ਹਾਈਵੇ ਦੇ ਉੱਤੋਂ ਨਿਕਲ ਰਿਹਾ ਇੱਕ ਟਰਾਲਾ ਅਚਾਨਕ ਹੀ ਸੰਤੁਲਨ ਖੋ ਪੈਂਦਾ। ਜੋ ਚਾਲਕ ਹੈ ਉਸਦਾ ਕਹਿਣਾ ਹੈ ਕਿ ਅਗਲਾ ਟਾਇਰ ਜੋ ਹੈ ਚਲਦੇ ਚਲਦੇ ਫਟਦਾ, ਜਿਸ ਤੋਂ ਬਾਅਦ ਗੱਡੀ ਬੇਕਾਬੂ ਹੁੰਦੀ ਹੈ ਅਤੇ ਪੁਲ ਦੀ ਰੇਲਿੰਗ ਨੂੰ ਤੋੜ ਸਿੱਧਾ ਹੀ ਸਰਵਿਸ ਲੇਨ ਦੇ ਉੱਤੇ ਜਾ ਡਿੱਗਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਸਰਵਿਸ ਲੇਨ ਦੇ ਉੱਤੇ ਕੋਈ ਵੀ ਗੱਡੀ ਜਾਂ ਫਿਰ ਕੋਈ ਵੀ ਵਿਅਕਤੀ ਨਹੀਂ ਸੀ ਨਿਕਲ ਰਿਹਾ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਟਰਾਲਾ ਹੈ ਉਹ ਜ਼ਮੀਨ ਦੇ ਉੱਤੇ ਮੁੱਦਾ ਹੋਇਆ ਪਿਆ। ਹਾਲਾਂਕਿ ਚਕਨਾ ਚੂਰ ਜੋ ਹੈ ਉਸਦਾ ਅਗਲਾ ਹਿੱਸਾ ਹੋ ਚੁੱਕਾ ਹੈ, ਪਰ ਇਸ ਹਾਦਸੇ ਦੇ ਵਿੱਚ ਡਰਾਈਵਰ ਅਤੇ ਕਲੀਨਰ ਦੀ ਵਾਲ ਵਾਲ ਜਾਨ ਬਚੀ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਅਤੇ ਸੜਕ ਦੇ ਜੋ ਜਾਮ ਹੋਇਆ ਇਸ ਟਰਾਲੇ ਦੇ ਡਿੱਗਣ ਕਾਰਨ ਹੁਣ ਇਸ ਜਾਮ ਨੂੰ ਖੁਲਵਾਉਣ ਦੀਆਂ
ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਵੱਡਾ ਸੜਕ ਹਾਦਸਾ ਕਰਨਾਲ ਦੇ ਵਿੱਚ ਵਾਪਰਿਆ ਜਿੱਥੇ ਕਿ 22 ਟਾਇਰਾਂ ਵਾਲਾ ਟਰਾਲਾ ਅਚਾਨਕ ਹੀ ਬੇਕਾਬੂ ਹੁੰਦਾ ਅਤੇ ਜਾ ਕੇ ਸਿੱਧਾ ਹੀ ਸਰਵਿਸ ਲੈਣ ਦੇ ਉੱਤੇ ਡਿੱਗ ਜਾਂਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਉਸ ਸਮੇਂ ਜਦੋਂ ਇਹ ਟਰਾਲਾ ਹੇਠਾਂ ਡਿੱਗਿਆ ਤਾਂ ਕੋਈ ਵਾਹਨ ਨਹੀਂ ਸੀ ਗੁਜ਼ਰ ਰਿਹਾ, ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਕਹਾਂ ਸੇ ਕਹਾਂ ਜਾ ਰਹੇ ਥੇ ਆਪ? ਕੁਰੂਕਸ਼ੇਤਰ ਸੇ ਹਰਿਦਵਾਰ ਪਰ ਲੇਕਿਨ ਸਪੀਡ ਵੀ ਜ਼ਿਆਦਾ ਨਹੀਂ ਥੀ, ਹਮ ਸਲੋਲੀ ਤੇ ਕਮ ਸੇ ਕਮ 30 ਜਾਂ 40 ਕੀ ਸਪੀਡ ਮੇਂ ਥੇ ਲੇਕਿਨ ਟਾਇਰ ਫਟਨੇ ਵਜੇ ਨੀਚੇ ਗਿਰ ਗਏ। ਬਚਾਓ ਹੋ ਗਿਆ? ਬਚਾਓ ਹੋ ਗਿਆ। ਕਹਾਂ ਕੇ ਰਹਿਣੇ ਵਾਲੇ ਹਾਂ? ਅਜਮੇਰ ਕੇ। ਵਿਅਕਤੀ ਤੋ ਇਸਕਾ ਟਾਇਰ ਫਟ ਜਾਤਾ ਹੈ, ਯੇ ਫੂਲ ਸੇ ਨੀਚੇ ਗਿਰ ਜਾਤਾ ਸਰ, ਤੋ ਫਿਰ ਮੈਂ ਉਧਰ ਸੇ ਘੂਮ ਕੇ ਆਤਾ ਹੂੰ ਤੋ ਪੁਲਿਸ ਕੋ ਫੋਨ ਕਰਤਾ ਹੂੰ, ਹੈਲਪ ਕਰਤਾ ਹੂੰ ਕਿ ਵੀ ਐਸਾ ਐਸੇ ਕਰਕੇ ਬਾਤ ਹੋ ਗਈ ਹੈ। ਤੋ ਫਿਰ ਦੇਖਾ ਡਰਾਈਵਰ ਆਪਣਾ ਸੁਰੱਖਿਅਤ ਹੈ, ਆਪਣਾ ਬਚਾ ਹਾਂਜੀ ਗਾੜੀ ਗੁੜੀ ਨੇ ਬਚਾ ਗਿਆ ਪਿੱਛੇ। ਹਾਂ ਡਰਾਈਵਰ ਕੋ ਚੋਟ ਚੋਟ ਥੋੜੀ ਸੀ ਲੱਗੀ ਹੈ, ਪਾਰ ਪੂਰ ਨਹੀਂ ਹੋ ਗਈ ਥੋੜੀ ਬਾਤੀ, ਬਾਕੀ ਬਚਾ ਗਿਆ ਮਾਲਕ ਦੀ ਕਿਰਪਾ। ਤੁਹਾਡੇ ਕੋਲ ਹੈਡਕੁਆਟਰ ਸੇ ਫੋਨ ਆਇਆ ਕਿ ਵੀ ਯਹਾਂ ਫਟਾਫਟ ਵਹਾਂ ਪਹੁੰਚੋ, ਇੱਕ ਟਰੱਕ ਪਲਟੀ ਹੋਇਆ ਹੈ। ਮੌਕੇ ਪੇ ਆਏ ਤੋ ਦੇਖਿਆ ਕਿ ਕਾਲਰ ਸੇ ਫੋਨ ਕੀਆ ਥਾ ਇੱਕ ਨੇ, ਉਸੇ ਵੀ ਮਿਲੇ ਵੋ ਬੋਲਾ ਕਿ ਜੀ ਇਹ ਅਚਾਨਕ ਅਗਲਾ ਟਾਇਰ ਫਟਿਆ, ਡਰਾਈਵਰ ਸੇਫ ਹੈ, ਕੰਡਕਟਰ ਵੀ ਸੇਫ ਹੈ, ਅਗਲਾ ਟਾਇਰ ਫਟਿਆ, ਅਨਬੈਲੈਂਸ ਗੱਡੀ ਹੋਈ ਨੀਚੇ, ਬੁਰੇ ਮਿੱਤ ਕੇ ਰਹੀ ਹੈ ਕਿ ਨੀਚੇ ਵੀ ਕੋਈ ਸਾਧਨ ਨਹੀਂ ਥਾ, ਕੋਈ ਕਿਸੇ ਕੋਲ ਚੋਟ ਪੇਟ ਨਹੀਂ ਹੈ, ਸੇਫਟੀ ਹੈ। ਕ੍ਰੇਨ ਕੇ ਲਿਏ ਅਭੀ ਹਮਨੇ ਸਰਵੇਟੀ ਕਰ ਦੀ ਹੈ, ਹਾਈਵੇ ਥਾਣੇ ਸੇ ਅਭੀ ਬੜੀ ਵਾਲੀ ਕ੍ਰੇਨ ਆਏਗੀ, ਤਭੀ ਇਸਕੋ ਸਾਈਡ ਮੇਂ ਕਰਵਾ ਦੀਏ।